ਵੀ ਮਾਪਪਨ ਨੂੰ ਵੀ ਕੁਝ ਚੀਜ਼ਾਂ ਬਦਲਣੀਆਂ ਪੈਣੀਆਂ ਅੱਜ ਦੇ ਯੁੱਗ ਦੇ ਵਿੱਚ ਜਾਂ ਬੱਚਿਆਂ ਨੂੰ ਦੋਨਾਂ ਨੂੰ 50-50% ਕਰਨਾ ਪੈਣਾ ਐਜ਼ ਅ ਪੇਰੈਂਟਸ ਤੁਸੀਂ ਕੀ ਸੋਚਦੇ ਹੋ ਕਿ ਜਿੱਦਾਂ ਤੁਸੀਂ ਗੱਲ ਕੀਤੀ ਪੁਰਾਣੇ ਫਾਦਰ ਦੀ ਹੁਣ ਉਹਨਾਂ 'ਚ ਵੀ ਹੁੰਦਾ ਸੀਗਾ ਕਿ ਮੈਂ ਆਪਣੇ ਪੁੱਤ ਨੂੰ ਕਿਵੇਂ ਜੱਫੀ ਪਾਲਾਂ ਬਣਦਾ ਤਾਂ ਦੋਨਾਂ ਦਾ ਜੀ ਬਣਦਾ ਤਾਂ ਦੋਨਾਂ ਦਾ ਵਾ ਵੀ ਦੋਨਾਂ ਨੂੰ ਬਦਲਣੀਆਂ ਪੈਣਗੀਆਂ ਕਿਉਂਕਿ ਕੀ ਆ ਕਿ ਮੈਂ ਅਕਸਰ ਇੰਟਰਵਿਊ 'ਚ ਇੱਕ ਗੱਲ ਕਹ ਰਿਹਾ ਹਾਂ ਉਹਨਾਂ ਕਿ ਕਨਾਂ ਮੈਂ ਸਾਰੀ ਉਮਰ ਸੋਚਦਾ ਰਿਹਾ ਕਿ ਮੇਰਾ ਬਾਪ ਗਲਤ ਹੈ ਜਦੋਂ ਮੈਨੂੰ ਲੱਗਿਆ ਕਿ ਮੇਰਾ ਬਾਪ ਸਹੀ ਹੈ ਉਸ ਦਿਨ ਮੇਰਾ ਪੁੱਤ ਮੈਨੂੰ ਮੈਨੂੰ ਮੇਰੇ ਮਾਪਿਓ ਨੇ ਲੱਖਾਂ ਗੱਲਾਂ ਕਹੀਆਂ ਉਹ ਪੜ ਲੈ ਆਹ ਕਰ ਲੈ ਤੂੰ ਐ ਕਰ ਲੈ ਤੂੰ ਫਲਾਣੀ ਚੀਜ਼ ਕਰ ਲੈ ਤੂੰ ਇਹ ਕਰ ਲੈ ਤੂੰ ਉਹ ਕਰ ਲੈ ਉਸ ਵਕਤ ਮੈਨੂੰ ਐ ਲੱਗਦਾ ਸੀ ਕਿ ਇਹ ਗਲਤ ਕਹਿੰਦੇ ਨੇ ਕਿ ਯਾਰ ਮੈਨੂੰ ਨਹੀਂ ਪਤਾ ਅੱਜ ਮੈਂ ਆਪਦੇ ਜਵਾਕਾਂ ਨੂੰ ਕਹਿਣਾ ਜੇ ਅੱਜ ਮੈਨੂੰ ਨਾਲ ਇਹ ਚੀਜ਼ ਸੋਚਣੀ ਚਾਹੀਦੀ ਆ ਕਿ ਉਹ ਕੀ ਸੋਚ ਰਹੇ ਹੋਣਗੇ ਠੀਕ ਹੈ ਕਿ ਯਾਰ ਇਹਦਾ ਮਤਲਬ ਮੈਂ ਵੀ ਤੋ ਤੋ ਸੋਚ ਰਹੀ ਹਾਂ ਕਿ ਲੱਖ ਮੈਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਇਹਨਾਂ ਦਾ ਪੁਆਇੰਟ ਆਫ View ਤਾਂ ਉਹੀ ਹੋਊਗਾ ਨਾ ਸੋ ਮੈਨੂੰ ਥੋੜਾ ਜਿਹਾ ਉਹਨਾਂ ਦੇ ਪੁਆਇੰਟ ਆਫ 뷰 ਦੇ ਹਿਸਾਬ ਨਾਲ ਮੋਲਡ ਹੋ ਕੇ ਆਉਣਾ ਪੈਣਾ ਕਿ ਚਲ ਤੂੰ ਦੱਸ ਤੇ ਰਹੀ ਕੀ ਮੂੜਾ ਜੀ ਤੈਨੂੰ ਲੱਗਦਾ ਕਿ ਤੂੰ ਆ ਨਹੀਂ ਕਰੇਂਗਾ ਤੂੰ ਆ ਕਰੇਂਗਾ ਤੂੰ ਕੀ ਬਣਨਾ ਚਾਹੁੰਨਾ ਠੀਕ ਹੈ ਮੈਂ ਤੇਰੇ ਨਾਲ ਆ ਮੈਂ ਤੇਰੀ ਸਪੋਰਟ ਕਰਦਾ ਪਰ ਪੁੱਤ ਥੋੜੀ ਜੀ ਆ ਚੀਜ਼ ਵੀ ਆਪਾਂ ਕਰ ਲਈਏ ਉਹਨਾਂ ਨੂੰ ਦੋਸਤ ਬਣ ਕੇ ਥੋੜਾ ਜਿਹਾ ਉਸ ਤਰੀਕੇ ਨਾਲ ਮੈਨੂੰ ਲੱਗਦਾ ਕਿ ਕਰਨਾ ਚਾਹੀਦਾ ਬਾਕੀ ਤਾਂ ਹਰ ਮੈਂ ਇਹ ਨਹੀਂ ਕਹਿੰਦਾ ਕਿ ਜਿਵੇਂ ਹੁਣ ਸਾਡੇ ਮਾਪਿਓ ਨੇ ਸਾਨੂੰ ਪੜਾਇਆ ਜਾਂ ਕਿਸੇ ਦੇ ਮਾਪਿਓ ਨੂੰ ਕੁੱਟ ਮਾਰ ਕੇ ਪੜਾਉਂਦੇ ਨੇ ਜਾਂ ਕੁਝ ਕਰਦੇ ਨੇ ਇਹ ਥੋੜੀ ਆ ਕਿ ਕਿਸੇ ਹੋਰ ਚੀਜ਼ ਲਈ ਕਰਦੇ ਆ ਕਰਦੇ ਤੋਂ ਆਪਦੇ ਪੁੱਤ ਲਈ ਆ ਹਰ ਇੱਕ ਬੰਦੇ ਦਾ ਆਪਣਾ ਆਪਣਾ ਤਰੀਕਾ ਹੈ ਆਪਣਾ ਆਪਣਾ ਨਜ਼ਰੀਆ ਹੈ ਸੋ ਮੈਨੂੰ ਕਿਤੇ ਕਿਤੇ ਐ ਲੱਗਦਾ ਵਾ ਕਿ ਇਹ ਚੀਜ਼ ਦੋਨਾਂ ਨੂੰ ਚੇਂਜ ਕਰਨੀ ਪਊਗੀ ਅਦਰਵਾਇਜ਼ ਗੱਲ ਬਣਨੀ ਨਹੀਂ ਬਾਈ ਤੁਸੀਂ ਕਦੀ ਬਚਪਨ ਚ ਕੁੱਟ ਖਾਧੀ ਆਪਣੇ ਮਾਵਾ ਕੋਲ ਯਾਰ ਮੈਂ ਸੱਚੀ ਦੱਸਾਂ ਤਾਂ ਮੈਂ ਨਹੀਂ ਖਾਧੀ ਹਮ ਮੇਰੇ ਡੈਡੀ ਨੇ ਮੈਨੂੰ ਕਦੇ ਕੁੱਟਿਆ ਨਹੀਂ ਜੀ ਤੇ ਇੱਕ ਵਾਰੀ ਮੈਨੂੰ ਯਾਦ ਆ ਕਿ ਮੈਂ ਸਾਡਾ ਢਲਾਨ ਤੇ ਟਰੈਕਟਰ ਜਿਹਾ ਖੜਾ ਹੀ ਮੈਂ ਭੱਜ ਕੇ ਜਾ ਕੇ ਵੀ ਮੈਂ ਟਰੈਕਟਰ ਚਲਾਉਣਾ ਟਰੈਕਟਰ ਚਲਾਉਣਾ ਚੜਨ ਲੱਗਿਆ ਤੇ ਮੈਂ ਹੱਥ ਮਾਰਨ ਲੱਗਿਆ ਮੈਂ ਉਹਦਾ ਗੀ ਮੈਂ ਮੂਰੇ ਹੀ ਖੜਾ ਹੀ ਟਰੈਕਟਰ ਦੇ ਤੇ ਡੈਡੀ ਨੇ ਖਿੱਚ ਲਿਆ ਤੇ ਪਹਿਲੀ ਵਾਰੀ ਡੈਡੀ ਨੇ ਮੇਰੇ ਤੇ ਹੱਥ ਚੱਕਿਆ ਸੀ ਤੇ ਮੇਰੀ ਅੱਖਾਂ ਭਰ ਗਈਆਂ ਮੈਂ ਰੋਣ ਲੱਗ ਗਿਆ ਪਹਿਲਾਂ ਹੀ ਤਾਂ ਉਹਨਾਂ ਨੇ ਫਿਰ ਵੀ ਨਾ ਮੈਨੂੰ ਗੁੱਸਾ ਜਿਆ ਕਰਕੇ ਜਿਵੇਂ ਛੱਡਤਾ ਫਟਾਫਟ ਟਰੈਕਟਰ ਟਰੈਕਟਰ ਅੱਲੀ ਚਲੇ ਗਏ ਤਾਂ ਉਦੋਂ ਬਾਅਦ ਜਦੋਂ ਵਾਪਸ ਆਏ ਤਾਂ ਮੈਂ ਰੋਈ ਜਾਂਦਾ ਸੀ ਤਾਂ ਉਹਨਾਂ ਨੇ ਮੈਨੂੰ ਚੋਪੀ ਕਰਾਇਆ ਹਨਾ ਤੇ ਚਲੋ ਗੱਲ ਆਈ ਗਈ ਹੋਗੀ ਬਟ ਮੈਨੂੰ ਕਦੇ ਕੁੱਟਿਆ ਨਹੀਂ ਹਨਾ ਤੇ ਬਟ ਐ ਨਹੀਂਗਾ ਹੁਣ ਸਾਡੇ ਜਿਵੇਂ ਚਾਚੇ ਤਾਏ ਜਾਂ ਹੋਰ ਸੀ ਉਹ ਕਦੇ ਵੀ ਆਪਣੇ ਬੱਚਿਆਂ ਨੂੰ ਕੁੱਟ ਵੀ ਦਿੰਦੇ ਸੀ ਹਨਾ ਤਾਂ ਇਹ ਨਹੀਂ ਆ ਕਿ ਉਹਨਾਂ ਦੇ ਬੱਚੇ ਕਾਬਲ ਨਹੀਂ ਬਣ ਕਿਉਂਕਿ ਹਰ ਪੇਰੈਂਟ ਦਾ ਆਪਣਾ ਆਪਣਾ ਹਰ ਬੰਦੇ ਦਾ ਆਪਣਾ ਇਨਸਾਨ ਦਾ ਆਪਣਾ ਸੁਭਾਅ ਹੈ ਆਪਣੀ ਚੀਜ਼ ਹੈ ਬਟ ਮੈਨੂੰ ਮੈਂ ਉਦਾਂ ਸੋਚਦਾ ਵੀ ਅ ਕਈ ਚੀਜ਼ਾਂ ਐ ਨੇ ਵੀ ਥੋੜਾ ਵਕਤ ਲੱਗਦਾ ਜੇ ਪਿਆਰ ਨਾਲ ਸਮਝਾਈਏ ਥੱਪੜ ਨਾਲ ਬਹੁਤ ਛੇਤੀ ਹੋ ਜਾਂਦਾ ਕੰਮ ਜੇ ਤੁਸੀਂ ਬੱਚੇ ਨੇ ਕੋਈ ਗਲਤੀ ਕੀਤੀ ਗਲਾਸ ਭੰਨਤਾ ਪਰ ਜਦ ਠਾ ਦੇ ਨੇ ਚਟਾਕਾ ਮਾਰਿਆ ਉਹਨੂੰ ਪਤਾ ਲੱਗ ਗਿਆ ਵੀ ਕੋਈ ਗੜਬੜ ਹੋਈ ਹੈ ਜੀ ਗਲਾਸ ਨਹੀਂ ਭਨਣਾ ਹੈਗਾ ਹਨਾ ਪਰ ਆਪਾਂ ਨੂੰ ਉਹਨੂੰ ਡਿਟੇਲ ਚ ਸਮਝਾਉਣ ਲਈ ਵਕਤ ਚਾਹੀਦਾ ਪਿਆਰ ਨਾਲ ਪੁੱਤਰੇ ਕੀ ਕੀਤਾ ਹਨਾ ਕਿਉਂ ਕੀਤਾ ਬੈਠ ਰਹੀ ਏ ਉਹ ਫਿਰ ਉਹ ਵੀ ਆਪਦੇ ਪੁੱਛੀ ਸਵਾਲ ਪੁੱਛੂ ਔਰ ਪੇਰੈਂਟਸ ਕੋਲੇ ਕਈ ਵਾਰੀ ਉਹ 25 ਸਵਾਲਾਂ ਜੋਗਾ ਟਾਈਮ ਹੀ ਨਹੀਂ ਹੈਗਾ ਬਿਲਕੁਲ ਸਾਰੇ ਆਪਣੇ ਆਪ ਚ ਬਿਜ਼ੀ ਨੇ ਰਹਿੰਦਾ ਖੁੰਦਾ ਕੰਮਾਂ ਦੀਆਂ ਜ਼ਿੰਮੇਵਾਰੀਆਂ ਤਾਂ ਸੀਗੀਆਂ ਜਿਹੜਾ ਬਚਿਆ ਟਾਈਮ ਹੈਗਾ ਉਹ ਅੱਜ ਦੀ ਰੇਟ ਤੇ ਥੋੜਾ ਮੋਬਾਈਲ ਖਾ ਜਾਂਦਾ ਤੁਹਾਡੀਆਂ ਰੀਲਾਂ ਖਾ ਜਾਂਦੀਆਂ ਕਦੇ ਕੁਛ ਖਾ ਜਾਂਦਾ ਕਦੇ ਕੁਛ ਖਾ ਜਾਂਦਾ ਸੋ ਜੀ